ਲਰਨ ਪੰਜਾਬੀ ਵਿੱਚ ਜਗਜੀਤ ਸਰ ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੇਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਜੇਕਰ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਪਿਆਰੇ ਵਿਦਿਆਰਥੀਓ ਇੱਕ ਵਾਰ ਫਿਰ ਜੀ ਆਇਆਂ ਨੂੰ ਪਿਛਲੇ ਵੀਡੀਓ ਵਿੱਚ ਅਸੀਂ ਜੋ ਲੰਮੀਆਂ ਬੋਲੀਆਂ ਬਾਰੇ ਚਰਚਾ ਕੀਤੀ ਸੀ ਅੱਜ ਅਸੀਂ ਉਸ ਤੋਂ ਅਗਲੀ ਵੀਡੀਓ ਲੈ ਕੇ ਪੇਸ਼ ਹੋਏ ਆਂ ਆਪ ਜੀ ਦੇ ਸਾਹਮਣੇ ਇਸ ਵੀਡੀਓ ਵਿੱਚ ਜੋ ਲੰਮੀਆਂ ਬੋਲੀਆਂ ਦਾ ਜ਼ਿਕਰ ਕਰਾਇਆ ਸੀ ਉਹ ਅੱਗੇ ਤੋਰਦੇ ਆਂ ਤੇ ਭਾਗ 2 ਵਿੱਚ ਬੋਲੀ ਦੂਜੀ ਬੋਲੀ ਤੀਜੀ ਕਰਦੇ ਆਂ ਇਸ ਵਿੱਚ ਅਸੀਂ ਦੇਖ ਲਿਆ ਪਿਛਲੀ ਵੀਡੀਓ ਵਿੱਚ ਵੀ ਇਹ ਬੋਲੀਆਂ ਸਮੂਿਕ ਰੂਪ ਵਿੱਚ ਗਾਇਨ ਕੀਤੀਆਂ ਜਾਂਦੀਆਂ ਲੋਕ ਨਾਚ ਵਿੱਚ ਰੰਗਤ ਪੈਦਾ ਕਰਦੀਆਂ ਔਰ ਮਰਦਾਂ ਦੇ ਭੰਗੜੀ ਦੀਆਂ ਬੋਲੀਆਂ ਔਰ ਔਰਤਾਂ ਦੇ ਗਿੱਧੇ ਦੀਆਂ ਬੋਲੀਆਂ ਆਪਣੇ ਆਪਣੇ ਰੂਪ ਆਪਣੇ ਆਪਣੇ ਵਿਸ਼ੇ ਵਾਲੀਆਂ ਨੇ ਔਰ ਇਹਨਾਂ ਸਾਰਿਆਂ ਦਾ ਕਾਰਜ ਜੋ ਹੈ ਭੰਗੜੇ ਵਿੱਚ ਹੋਰ ਤੇਜ਼ੀ ਲਿਆਉਣਾ ਲਓ ਜੀ ਅਸੀਂ ਹੁਣ ਬੋਲੀ ਦੂਜੀ ਕਰਦੇ ਹਾਂ ਇਸ ਦੂਜੀ ਬੋਲੀ ਵਿੱਚ ਇੱਕ ਗੱਭਰੂ ਮੁੰਡੇ ਦੇ ਚਰਿੱਤਰ ਦਾ ਵਰਣਨ ਹੈ ਉਸ ਦੇ ਗਿੱਧੇ ਬਾਰੇ ਜਾਂ ਬੋਲੀਆਂ ਪਾਉਣ ਦੇ ਸ਼ੌਂਕ ਦਾ ਵਰਣਨ ਹੈ ਉਸ ਦਾ ਜ਼ਿਕਰ ਕੀਤਾ ਹੁਣ ਮੁੰਡਾ ਆਪਣੇ ਬਾਰੇ ਕੀ ਕਹਿੰਦਾ ਹੈ ਗੱਭਰੂ ਮੁੰਡਾ ਪਿੰਡ ਤਾਂ ਸਾਡੇ ਡੇਰਾ ਸਾਧ ਦਾ ਮੈਂ ਸੀ ਗੁਰਮੁਖੀ ਪੜਦਾ ਜਿਸ ਸਮੇਂ ਪਿੰਡਾਂ ਥਾਵਾਂ ਤੇ ਸਕੂਲ ਨਹੀਂ ਹੁੰਦੇ ਸੀ ਕੋਈ ਪਾਠਸ਼ਾਲਾ ਨਹੀਂ ਹੁੰਦੀਆਂ ਸੀ ਤੇ ਗੁਰਮੁਖੀ ਸਿੱਖਣ ਲਈ ਜਿਹੜੇ ਲੋਕ ਐ ਉਹ ਭਾਈ ਕੋਲ ਜਾਂਦੇ ਸੀ ਜਾਂ ਉਰਦੂ ਸਿੱਖਣ ਲਈ ਮਦਰਸੇ ਜਾਂਦੇ ਸੀ ਇਸ ਤਰ੍ਹਾਂ ਮੰਦਰਾ ਵਿੱਚ ਪੜਾਈ ਹੁੰਦੀ ਸੀ ਹੁਣ ਇੱਥੇ ਜੋ ਬੱਚਾ ਹੈ ਨਾ ਉਹ ਸਾਤ ਦੇ ਡੇਰੇ ਜਾ ਕੇ ਪੰਜਾਬੀ ਗੁਰਮੁਖੀ ਪੜ੍ਹਦਾ ਹੈ ਇਸ ਦਾ ਮਤਲਬ ਪੰਜਾਬੀ ਦਾ ਗਿਆਨ ਪ੍ਰਾਪਤ ਕਰਦਾ ਹੈ ਕਿਉਂ ਕਿਉਂਕਿ ਉਸ ਨੂੰ ਪੰਜਾਬੀ ਦੀ ਪੜਾਈ ਵਿੱਚ ਰੁਚੀ ਹੈ ਕਿਉਂਕਿ ਪੰਜਾਬੀ ਦੀ ਪੜਾਈ ਧਰਮ ਨਾਲ ਜੁੜੀ ਹੋਈ ਹੈ ਇਥੇ ਲਿਖਿਆ ਹੈ ਬੰਦਾ Satsang ਵਿੱਚ ਮਾੜੇ ਬੰਦੇ ਕੋਲ ਨਹੀਂ ਖੜਦਾ ਇਹਦਾ ਮਤਲਬ ਹੈ ਇੱਕ ਤੇ ਗੱਭਰੂ ਮੁੰਡਾ ਪੜਾਕੂ ਹੈ ਦੂਜਾ ਜਿਹੜੀ ਉਸੇ ਰੁਚੀ ਹੈ ਨਾ ਰੋਹਾਨੀ ਹੈ ਰੋਹਾਨੀ ਦਾ ਮਤਲਬ ਉਹ ਕਿਸੇ ਮਾੜੇ ਬੰਦੇ ਕੋਲ ਕਿਉਂਕਿ ਪਿੰਡਾਂ ਵਿੱਚ ਨਸ਼ੇਈ ਬੰਦੇ ਵੀ ਹੁੰਦੇ ਨੇ ਆਵਾਰਾ ਮੁੰਡੇ ਵੀ ਬੜੇ ਹੁੰਦੇ ਨੇ ਕਿਉਂਕਿ ਜੋ ਗੱਭਰੂ ਹੈ ਜੋ ਮੁੰਡਾ ਹੈ ਇਹ ਬੜਾ ਪੜਾਕੂ ਵੇ ਔਰ ਨਾਲ ਚੰਗੇ ਸੰਸਕਾਰਾਂ ਵਾਲਾ ਇਸ ਕਰਕੇ ਸਾਧ ਤੇ ਡੇਰੇ ਜਾ ਕੇ ਗੁਰਮੁਖੀ ਸਿੱਖਦਾ ਹੈ ਸਤਸੰਗ ਵਿੱਚ ਜਾ ਕੇ ਰੋਹਾਨੀ ਅਧਿਆਤਮਿਕ ਗੱਲਾਂ ਵਿੱਚ ਰੁਚੀ ਲੈਂਦਾ ਹੈ ਔਰ ਨਾਲੋਂ ਸੰਜਮ ਵਿੱਚ ਵੀ ਰਹਿੰਦਾ ਹੈ ਸੰਜਮ ਦਾ ਮਤਲਬ ਸੈਲਫ ਕੰਟਰੋਲ ਵਿੱਚ ਵੀ ਰਹਿੰਦਾ ਇਸ ਕਰਕੇ ਕਹਿੰਦਾ ਮਾੜੇ ਬੰਦੇ ਕੋਲ ਨਹੀਂ ਖੜਦਾ ਇਹ ਨਹੀਂ ਮਾੜੇ ਬੰਦਿਆਂ ਦੀ ਸਹਬਤ ਵੇਖ ਕੇ ਮਾੜੇ ਬੰਦਿਆਂ ਦੀ ਰੰਗਤ ਦੇਖ ਕੇ ਉਸ ਵਿੱਚ ਅਟ੍ਰੈਕਟ ਕੱਟ ਨਹੀਂ ਹੁੰਦਾ ਮੋਹਿਤ ਨਹੀਂ ਹੁੰਦਾ ਸਗੋਂ ਉਹਨਾਂ ਤੋਂ ਆਪਣੇ ਆਪ ਨੂੰ ਦੂਰ ਰੱਖਦਾ ਕਿਉਂਕਿ ਐਸੇ ਬੰਦਿਆਂ ਦੀ ਸੰਗਤ ਬਾਰੇ ਇਹ ਵਿਚਾਰ ਹੈ ਕਿ ਵਿਚਾਰ ਹੈ ਜਿਹੜਾ ਫੁੱਲ ਵਿਛੜ ਗਿਆ ਮੁੜ ਨਹੀਂ ਬੇਲ ਤੇ ਚੜਦਾ ਇੱਕ ਵਾਰ ਕੋਈ ਬੰਦਾ ਜਿਸ ਦੀ ਜਵਾਨੀ ਕਿਸੇ ਮਾੜੇ ਬੰਦੇ ਦੇ ਸੰਗਤ ਕਰਕੇ ਰੁੜ ਜਾਵੇ ਉਸਾ ਜੀਵਨ ਖਰਾਬ ਹੋ ਜਾਂਦਾ ਹੈ ਉਹ ਜੋ ਮਾੜੇ ਜੀਵਨ ਵਾਲਾ ਬੰਦਾ ਹੈ ਨਾ ਫਿਰ ਦੁਬਾਰਾ ਆਪਣੇ ਵਾਪਸ ਉਸ ਰਾਹ ਤੇ ਉਸ ਰੋਹਾਨੀ ਰਾਹ ਤੇ ਚੰਗੇ ਰਾਹ ਤੇ ਚੰਗਾਈ ਵੱਲ ਵਾਪਸ ਨਹੀਂ ਆ ਸਕਦਾ ਜਿੱਦਾਂ ਬੇਲ ਤੋਂ ਟੁੱਟਾ ਹੋਇਆ ਫੁੱਲ ਮੁੜ ਕੇ ਬੇਲ ਤੇ ਨਹੀਂ ਲੱਗਦਾ ਇਸ ਤਰ੍ਹਾਂ ਮਾੜੇ ਸੰਗ ਵਿੱਚ ਜਾਂ ਕੋ ਸੰਗ ਵਿੱਚ ਪਿਆ ਬੰਦਾ ਇਹ ਦੁਬਾਰਾ ਚੰਗੇ ਜੀਵਨ ਵਿੱਚ ਵਾਪਸ ਨਹੀਂ ਆ ਸਕਦਾ ਇਸ ਕਰਕੇ ਇਹ ਜੋ ਬੱਚਾ ਹੈ ਬੜਾ ਕੁਰੂਚੀ ਵਾਲਾ ਰੂਹਾਨੀ ਰੁਚੀ ਵਾਲਾ ਇਸ ਤੋਂ ਲਾਵਾ ਸੰਜਮੀ ਹੈ ਸੰਜਮ ਵਾਲਾ ਸੈਲਫ ਕੰਟਰੋਲ ਵਾਲਾ ਇਹਨੂੰ ਪਤਾ ਹੈ ਵੀ ਇੱਕ ਵਾਰ ਗਲਤ ਪਾਸੇ ਪੈ ਗਿਆ ਦੁਬਾਰਾ ਸਹੀ ਰਸਤੇ ਨਹੀਂ ਆ ਸਕਦਾ ਬੋਲੀਆਂ ਪਾਉਣ ਦੀ ਹੋਗੀ ਮਨਸ਼ਾ ਇੱਥੇ ਹੋਗੀ ਪਾਉਣ ਪੌਣ ਦਾ ਮਤਲਬ ਪਾਉਣ ਇੱਥੇ ਸ਼ਾਰਟ ਫਾਰਮ ਲਿਖੇ ਸ਼ਬਦਾਂ ਦੀ ਬੋਲੀਆਂ ਪਾਉਣ ਦੀ ਹੋ ਗਈ ਮਨਸ਼ਾ ਮੇਰੇ ਦਿਲ ਵਿੱਚ ਇੱਛਾ ਹੋ ਗਈ ਪੜਦੇ ਪੜਦੇ ਅਧਿਆਤਮਿਕ ਰੁਚੀਆਂ ਨੂੰ ਆ ਮਾਣਦੇ ਮਾਣਦੇ ਉਸ ਦੇ ਮਨ ਵਿੱਚ ਇਹ ਜ਼ਿਕਰ ਆਇਆ ਕਿ ਮੈਂ ਵੀ ਹੋਰ ਨਾ ਮੁੰਡਿਆਂ ਵਾਂਗੂ ਜਾ ਕੇ ਗਿੱਧੇ ਵਿੱਚ ਇੱਥੇ ਗੱਲ ਸੁਣੋ ਕਿ ਮੁੰਡੇ ਪੰਗੜਾ ਪਾਉਂਦੇ ਕੁੜੀਆਂ ਗਿੱਧਾ ਪਾਉਂਦੀਆਂ ਪਰ ਇੱਥੇ ਜੋ ਗਿੱਧੇ ਦੀ ਗੱਲ ਹੈ ਨਾ ਇੱਥੇ ਮਲਵਈ ਗਿੱਧੇ ਦੀ ਗੱਲ ਹੈ ਮਾਲਵੇ ਦੇ ਇਲਾਕੇ ਵਿੱਚ ਮੁੰਡਿਆਂ ਵੱਲੋਂ ਬੁੜਿਆਂ ਵੱਲੋਂ ਬੰਦਿਆਂ ਵੱਲੋਂ ਗਿੱਧੇ ਦੇ ਤੌਰ ਤੇ ਇੱਕ ਨਾਚ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਜਿਸ ਨੂੰ ਭੰਗੜਾ ਨਹੀਂ ਜਿਸ ਨੂੰ ਮਲਵਈ ਗਿੱਧਾ ਕਹਿੰਦੇ ਹੁਣ ਉਹ ਜੋ ਮੁੰਡਾ ਮਾਲਵੇ ਦੇ ਇਲਾਕੇ ਦਾ ਲੱਗਦਾ ਇਸ ਕਰਕੇ ਕਹਿੰਦਾ ਕਿ ਮੇਰੇ ਮਨ ਵਿੱਚ ਇੱਛਾ ਜਾਗ ਪਈ ਕਿ ਮੈਂ ਵੀ ਬੋਲੀਆਂ ਪਾਵਾਂ ਮੈਂ ਵੀ ਨਾਚ ਵਿੱਚ ਹਿੱਸਾ ਲਵਾਂ ਆ ਕੇ ਗਿੱਧੇ ਵਿੱਚ ਵੜਦਾ ਹੁਣ ਉਸ ਦਾ ਨਾਚ ਦਾ ਸ਼ੌਂਕ ਹੈ ਉਸ ਨੂੰ ਅਧਿਆਤਮਿਕ ਸ਼ੌਂਕ ਵੀ ਹੈ ਪੜ੍ਹਾਈ ਦਾ ਵੀ ਸ਼ੌਂਕ ਹੈ ਆਪਣੇ ਆਪ ਤੇ ਸੰਜਮੀ ਵੀ ਹੈ ਪਰੰਤੂ ਉਹ ਲੋਕ ਨਾਚ ਲੋਕ ਬੋਲੀਆਂ ਗਾਉਣ ਬੋਲਣ ਵਿੱਚ ਰੁਚੀ ਜਦੋਂ ਲੈਂਦਾ ਫਿਰ ਉਹ ਬਿਨਾਂ ਚੀਜ਼ਕ ਦੇ ਉਹਨਾਂ ਲੋਕਾਂ ਵਿੱਚ ਉਹਨਾਂ ਨਾਚ ਕਰਨ ਵਾਲਿਆਂ ਵਿੱਚ ਜਾ ਕੇ ਖੜਾ ਹੋ ਜਾਂਦਾ ਔਰ ਬੇਚ ਦੇਖੋ ਕੇ ਫਿਰ ਆਪਣੇ ਮਨੀਆਂ ਚੰਗੀਆਂ ਬੋਲਾਂ ਬੋਲਦਾ ਕਿਉਂ ਇੱਥੇ ਲਿਖਿਆ ਹੈ ਨਾਉ ਪਰਮੇਸ਼ਰ ਦਾ ਲੈ ਕੇ ਕਿੱਦੇ ਵਿੱਚ ਵੜਦਾ ਉਹ ਪਰਮੇਸ਼ਰ ਦੇ ਨਾਮ ਦੀਆਂ ਬੋਲੀਆਂ ਬੋਲਦਾ ਇਹ ਤਨੂੰ ਚੰਗੀਆਂ ਬੋਲੀਆਂ ਬੋਲਦਾ ਪਰਮੇਸ਼ਰ ਨੂੰ ਯਾਦ ਰੱਖਦਾ ਹੈ ਤਾਂ ਮਤਲਬ ਵੀ ਇਸ ਸ਼ੌਕ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਉਹ ਆਪਣੇ ਰੋਹਾਨੀ ਸ਼ੌਕ ਨੂੰ ਇੱਕ ਪਾਸੇ ਨਹੀਂ ਰੱਖ ਦਿੰਦਾ ਸਗੋਂ ਨਾਲ ਸ਼ੌਕ ਦੇ ਭਾਵਾਂ ਬੋਲੀਆਂ ਮੈਂ ਨਹੀਂ ਕਿਸੇ ਤੋਂ ਡਰਦਾ ਇਸ ਤੋਂ ਭਾਵ ਹੈ ਕਿ ਮੈਨੂੰ ਕੋਈ ਕੀ ਕਹੇਗਾ ਇਸ ਡਰ ਤੋਂ ਨਹੀਂ ਡਰਦਾ ਸਗੋਂ ਆਪਣੇ ਸ਼ੌਂਕ ਐਵੀ ਸ਼ੌਂਕ ਪੂਰਾ ਕਰਦਾ ਹੈ ਐਵੀ ਸ਼ੌਂਕ ਪੂਰਾ ਕਰਦਾ ਹੈ ਪਰਨਾਲ ਉਸ ਨੂੰ ਨਾਚਦਾ ਔਰ ਬੋਲੀਆਂ ਪਾਣ ਦਾ ਸ਼ੌਂਕ ਹੈ ਉਸ ਨੂੰ ਵੀ ਉਹ ਬਿਨਾਂ ਝਿਜਕਦੇ ਬਿਨਾਂ ਡਰਦੇ ਉਹ ਪੜ ਵਿੱਚ ਜਾ ਕੇ ਗਿੱਧੇ ਵਿੱਚ ਜਾ ਕੇ ਜਿੱਥੇ ਮਲਵਈ ਗਿੱਧਾ ਬੰਦਿਆਂ ਦਾ ਪੈ ਰਹੇ ਉਸੇ ਜਾ ਕੇ ਉਹ ਬੋਲੀਆਂ ਪਾਣੀ ਸ਼ੁਰੂ ਕਰਦਾ ਨਾਓ ਪਰਮੇਸ਼ਰ ਦਾ ਲੈ ਕੇ ਗਿੱਧੇ ਵਿੱਚ ਵਰਦਾ ਤਾਂ ਮਤਲਬ ਹੈ ਵੀ ਹੁਣ ਉਹ ਬੋਲੀ ਪਾਣ ਜਾ ਰਿਹਾ ਪਹਿਲੇ ਪਰਮੇਸ਼ਰ ਦਾ ਨਾਮ ਲੈਂਦਾ ਸਤਸੰਗ ਕਰਦਾ ਸਾਧ ਦੇ ਡੇਰੇ ਜਾਂਦਾ ਜਦੋਂ ਬੋਲੀ ਪਾਣ ਲਿਖਦਾ ਤਾਂ ਵੀ ਆਪਣੇ ਪਰਮੇਸ਼ਰ ਨੂੰ ਆਪਣਾ ਆਧਾਰ ਆਪਣਾ ਓਟ ਆਸਰਾ ਮੰਨ ਕੇ ਫਿਰ ਗਿੱਧੇ ਵਿੱਚ ਜਾ ਕੇ ਵੜਦਾ ਜਾਂ ਪ੍ਰਵੇਸ਼ ਕਰਦਾ ਇਹਦਾ ਮਤਲਬ ਉਹ ਚੰਗਾ ਮੁੰਡਾ ਹੈ ਬੋਲੀ ਤੀਜੀ ਹੈ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਇਹ ਜੋ ਰਿਦਮ ਹੈ ਇਹ ਜੋ ਸ਼ਬਦ ਨੇ ਇਸ ਵਿੱਚ ਤਾਂ ਕੁਝ ਵੀ ਜੋੜ ਲਓ ਪਿੰਡ ਸੁਣੀ ਦਾ ਮੋਗਾ ਇਹ ਪਿੰਡ ਸੁਣੀ ਦਾ ਕੋਈ ਵੀ ਦਨ ਲੁਧਿਆਣਾ ਇੱਥੇ ਕੁਝ ਵੀ ਜੋੜ ਲਓ ਉਹਦੇ ਨਾਲ ਤੁਹਾਨੂੰ ਜਿਹੜਾ ਤੁਕਾਂਤ ਮਿਲਾਣਾ ਪਏਗਾ ਔਰ ਬੋਲੀ ਕੁਛ ਦੀ ਹੋਰ ਹੋ ਜਾਏਗੀ ਉਹ ਬਹੁਤ ਆਨੰਦਦਾਇਕ ਹੋ ਜਾਵੇਗੀ ਅਸੀਂ ਆਪਣੇ ਬਚਪਨ ਵਿੱਚ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਬੋਲੀਆਂ ਇਸੇ ਟੀਊਨ ਤੇ ਸੁਣੀਆਂ ਨੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਲੱਲੀਆਂ ਹੁਣ ਜੋ ਲੱਲੀਆਂ ਪਿੰਡ ਹੈ ਪਿੰਡ ਦਾ ਇੱਕ ਨਾਮ ਹੈ ਉੱਥੇ ਦੇ ਦੋ ਬਲ ਸੁਣਦੇ ਕਿਉਂਕਿ ਗੱਲ ਕੀਤੀ ਸੀ ਨਾ ਕਿ ਇਹ ਜੋ ਬੋਲੀਆਂ ਨੇ ਇਹਨਾਂ ਦਾ ਜੋ ਸੰਸਾਰ ਹੈ ਉਹ ਪਿੰਡੂ ਸੰਸਾਰ ਹੈ ਕਿਸਾਨੀ ਸਮਾਜ ਇਸ ਕਰਕੇ ਉਹ ਸਾਰੇ ਝਲਕਨੇ ਉਹ ਸਾਰੇ ਝਲਕਾਰੇ ਨੇ ਪਿੰਡੂ ਸਮਾਜ ਦੇ ਪੰਦੇ ਨੇ ਉੱਥੇ ਦੋ ਬਲਦ ਨੇ ਲੱਲੀਆਂ ਪਿੰਡ ਵਿੱਚ ਬਹੁਤ ਮਿਹਨਤੀ ਨੇ ਉੱਥੇ ਦੇ ਦੋ ਬਲ ਸੁਣੀ ਦੇ ਗੱਲ ਉਹਨਾਂ ਦੇ ਟੱਲੀਆਂ ਹਨ ਲੱਲੀਆਂ ਔਰ ਟੱਲੀਆਂ ਰੈਮਿੰਗ ਵੜਾ ਗਏ ਦੁਕਾਨ ਤੇ ਜੁੜ ਗਿਆ ਇੱਥੇ ਲਿਖਿਆ ਵੀ ਉੱਥੇ ਦੋ ਬਲਦ ਨੇ ਉਹ ਦੋ ਬਲ ਬੜੇ ਮਿਹਨਤੀ ਨੇ ਬੜੇ ਤਾਕਤਵਰ ਨੇ ਔਰ ਉਹਨਾਂ ਦੇ ਗਲੇ ਵਿੱਚ ਟੱਲੀਆਂ ਨੇ ਉਹ ਖੜਕਦੀਆਂ ਨੇ ਔਰ ਬੜਾ ਸੁੰਦਰ ਲੱਗਦਾ ਉਹਨਾਂ ਨੂੰ ਸੁਣਨਾ ਭਜ ਭਜ ਕਿ ਉਹ ਮੱਕੀ ਬੀਜ ਦੇ ਗਿਠਗਿਠ ਲੱਗੀਆਂ ਛੱਲੀਆਂ ਹੁਣ ਇੱਥੇ ਕੀ ਹੈ ਵੀ ਉਹ ਮਿਹਨਤੀ ਨੇ ਹੁਣ ਆਪਣੇ ਕੰਮ ਨੂੰ ਆਲਸ ਨਾਲ ਨਹੀਂ ਕਰਦੇ ਦੁਖੀ ਹੋ ਕੇ ਨਹੀਂ ਕਰਦੇ ਉਹ ਬਲਦ ਇਦਾਂ ਦੇ ਐ ਇੱਥੇ ਬਲਦਾਂ ਨਾਲ ਬੰਦਿਆਂ ਨੂੰ ਵੀ ਜੋੜ ਸਕਦੇ ਆ ਐ ਲੱਲੀਆਂ ਪਿੰਡ ਦੇ ਜੋ ਬੰਦੇ ਨੇ ਉਹ ਵੀ ਬੜੇ ਤਾਕਤਵਰ ਨੇ ਉਹ ਬੜੇ ਮਿਹਨਤੀ ਨੇ ਖੇਤੀ 'ਚ ਬਹੁਤ ਮਿਹਨਤ ਕਰਦੇ ਨੇ ਉਸ ਮਿਹਨਤ ਦੇ ਸਿੱਟੇ ਵਜੋਂ ਜਿੱਦਾਂ ਬਲਦ ਜਿਹੜੇ ਨੇ ਭੱਜ-ਭੱਜ ਕੇ ਕੰਮ ਕਰਦੇ ਜੋਤੀ ਦਾ ਕੰਮ ਕਰਦੇ ਆ ਯਾਨੀ ਹਾਲਤ ਜੋਤਦੇ ਨੇ ਫਿਰ ਜਿੱਥੇ ਉਹ ਮੱਕੀ ਦੇ ਦਾਣੇ ਬੀਜਦੇ ਆ ਉਹਨਾਂ ਦੀ ਮਿਹਨਤ ਦੇ ਸਦਕਾ ਉਥੇ ਗਿਟ-ਗਿਟ ਦੀਆਂ ਛਲੀਆਂ ਲੱਗਦੀਆਂ ਯਾਨੀ ਬਹੁਤ ਭਰਪੂਰ ਫਸਲ ਪੈਦਾ ਹੁੰਦੀ ਹੈ ਇੱਥੇ ਅਸੀਂ ਬੰਦਿਆਂ ਦੀ ਵੀ ਗੱਲ ਕਰ ਸਕਦੇ ਹਾਂ ਵੀ ਜਿੱਦਾਂ ਉਥੇ ਦੇ ਬਲਦ ਬਹੁਤ ਮਿਹਨਤੀ ਨੇ ਉਹਨਾਂ ਦੀ ਮਿਹਨਤ ਸਦਕਾ ਬੜੇ ਭਰਪੂਰ ਫਸਲ ਪੈਦਾ ਹੁੰਦੀ ਹੈ ਇਸ ਤਰ੍ਹਾਂ ਉਹਨਾਂ ਬੰਦਿਆਂ ਉਹਨਾਂ ਕਿਸਾਨਾਂ ਦੀ ਮਿਹਨਤ ਕਰਕੇ ਵੀ ਉਹਨਾਂ ਖੇਤਾਂ ਵਿੱਚ ਭਰਪੂਰ ਫਸਲ ਪੈਦਾ ਹੁੰਦੀ ਹੈ ਪਰੰਤੂ ਇਸ ਖੇਤ ਦੀ ਗੱਲ ਸੁਣ ਕੇ ਇਸ ਲੱਲੀਆਂ ਦੀ ਗੱਲ ਇਹਨਾਂ ਬਲਦਾਂ ਦੇ ਗੱਲ ਦੀਆਂ ਟੱਲੀਆਂ ਦੀ ਗੱਲ ਸੁਣ ਕੇ ਪਰੰਤੂ ਅਸਲ ਵਿੱਚ ਗੱਲ ਕੀ ਹੈ ਮੇਲਾ ਮੁਕਸਰ ਦਾ ਮੁਕਸਰ ਇੱਥੇ ਇੱਕ ਸ਼ਬਦ ਹੈ ਮੁਕਤਸਰ ਮੇਲਾ ਮੁਕਸਰ ਦਾ ਦੋ ਮੁਟਿਆਰਾਂ ਚੱਲੀਆਂ ਹੁਣ ਇਸ ਵਿੱਚ ਪਿੰਡ ਦੀ ਵੀ ਗੱਲ ਕਰਤੀ ਬਲਦਾਂ ਦੀ ਵੀ ਗੱਲ ਕਰਤੀ ਪਰ ਜੋ ਮੁੱਖ ਨਿਸ਼ਾਨਾ ਹੈ ਉਹ ਉਸ ਲਲੀਆਂ ਪਿੰਡ ਦੀਆਂ ਦੋ ਮੁਟਿਆਰਾਂ ਦੀਆਂ ਜਿਹੜੀਆਂ ਸੁੰਦਰ ਨੇ ਜੋ ਰੂਪਵਾਨ ਨੇ ਔਰ ਅੱਜ ਉਹ ਮੁਕੱਸਰ ਦੇ ਮੇਲੇ ਵਿੱਚ ਆਪਣੀ ਹਾਜ਼ਰੀ ਭਰਨ ਚਲੀਆਂ ਨੇ ਔਰ ਜੋ ਗੱਬਰੂ ਨੇ ਉਹ ਉਹਨਾਂ ਨੂੰ ਦੇਖਦੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਇਸ ਤਰ੍ਹਾਂ ਇਹ ਜੋ ਸਾਰੇ ਪ੍ਰਭਾਵ ਨੇ ਇਹ ਗੱਬਰੂਆਂ ਦੇ ਮਨ ਚੋਂ ਨਿਕਲਦੇ ਨੇ ਇੱਕ ਪਾਸੇ ਅਧਿਆਤਮਿਕ ਪ੍ਰਭਾਵ ਹੈ ਇੱਕ ਪਾਸੇ ਰੋਮਾਂਟਿਕ ਪ੍ਰਭਾਵ ਹੈ ਅਸੀਂ ਇਹਨਾਂ ਦੋਹਾਂ ਜਾਂ ਇਹਨਾਂ ਸਾਰੇ ਮਾਹੌਲ ਨੂੰ ਲੈ ਕੇ ਇਹਨਾਂ ਬੋਲੀਆਂ ਦਾ ਅਧਿਐਨ ਕਰਨਾ ਹੈ ਤੁਹਾਨੂੰ ਇਹ ਵੀਡੀਓ ਇਹ ਬੋਲੀਆਂ ਇਹ ਮਾਹੌਲ ਕਿਸ ਤਰ੍ਹਾਂ ਦਾ ਲੱਗਾ ਮੇਰਾ ਜ਼ਰੂਰ ਸ਼ੇਅਰ ਕਰਨਾ ਹੁਣ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਜੇਕਰ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਬਤਵਾਦ ਸ਼ੇਅਰ ਕਰੋ